ਅੰਮ੍ਰਿਤਸਰ ਦੇ ਬੱਸ ਸਟੈਂਡ ਨੇੜੇ ਇੱਕ ਵੱਡਾ ਹਾਦਸਾ ਹੋਇਆ ਜਦੋਂ ਕਿ ਇੱਕ ਅਚਾਨਕ ਬੱਸ ਜੋ ਪਿੱਛੋਂ ਆ ਰਹੀ ਸੀ ਉਸਦੀ ਬ੍ਰੇਕ ਫੇਲ ਹੋਣ ਕਰਕੇ ਇਹ ਵੱਡਾ ਹਾਦਸਾ ਆ ਗਿਆ। ਸਵਾਰੀਆਂ ਨਾਲ ਭਰੀ ਬੱਸ ਜਿਹੜੀ ਹੈਗੀ ਸੀ ਇਹ ਪਿੱਲਰ ਨਾਲ ਜਾ ਟਕਰਾਈ ਅਤੇ ਦਰਜਨਾਂ ਤੋਂ ਵਧੇਰੇ ਸਵਾਰੀਆਂ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਈਆਂ। ਜ਼ਖਮੀਆਂ ਨੂੰ ਅੰਮ੍ਰਿਤਸਰ ਦੇ ਵੱਖ ਵੱਖ ਹਸਪਤਾਲਾਂ ਦੇ ਵਿੱਚ ਦਾਖਲ ਕਰਵਾਇਆ ਗਿਆ। ਮੌਕੇ 'ਤੇ ਪੁਲਿਸ ਵੱਲੋਂ ਅਤੇ ਜ਼ਖਮੀਆਂ ਨੂੰ ਐਂਬੂਲੈਂਸ ਦੀ ਮਦਦ ਨਾਲ ਹਸਪਤਾਲ ਦੇ ਵਿੱਚ ਭੇਜਿਆ ਗਿਆ ਅਤੇ ਸੜਕ 'ਤੇ ਖੜ੍ਹੇ ਲੋਕਾਂ ਵੱਲੋਂ ਅਤੇ ਪੁਲਿਸ ਵਾਲਿਆਂ ਵੱਲੋਂ ਭੱਜ ਕੇ ਆਪਣੀ ਜਿਹੜੀ ਜਾਨ ਬਚਾਈ। ਮੌਕੇ ਦੇ ਇੰਸਪੈਕਟਰ ਪਰਮਜੀਤ ਸਿੰਘ ਵੱਲੋਂ ਜਾਣਕਾਰੀ ਦਿੱਤੀ ਜਾ ਰਹੀ। ਉਹਨਾਂ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਇੱਥੇ ਇੱਕ ਬੱਸ ਜਿਹੜੀ ਗਈ ਆ ਉਹ ਬੇਕਾਬੂ ਹੋ ਕੇ ਪਿੱਲਰ ਨਾਲ ਜਾ ਟਕਰਾਈ। ਅਸੀਂ ਮੌਕੇ 'ਤੇ ਪਹੁੰਚ ਕੇ ਟ੍ਰੈਫਿਕ ਨੂੰ ਸੁਚਾਰੂ ਢੰਗ ਦੇ ਨਾਲ ਉਹ ਸਹੀ ਕਰਦੇ ਪਏ ਕਿ ਨਾਲ ਦੇ ਨਾਲ ਜਿਹੜੀਆਂ ਉੱਥੋਂ ਦੀਆਂ ਸਵਾਰੀਆਂ ਜਿਹੜੀ ਬੱਸ ਦੇ ਵਿੱਚ ਗਈਆਂ ਸੀ ਉਹਨਾਂ ਨੂੰ ਅੰਮ੍ਰਿਤਸਰ ਦੇ ਵੱਖ ਵੱਖ ਹਸਪਤਾਲਾਂ ਦੇ ਵਿੱਚ ਜਿਹੜਾ ਉਹ ਦਾਖਲ ਕਰਵਾਇਆ ਜਾ ਰਿਹਾ ਹੈਗਾ ਐਂਬੂਲੈਂਸ ਦੀ ਮਦਦ ਨਾਲ। ਕੀ ਕਰਾਇਆ ਇੰਸਪੈਕਟਰ ਪਰਮਜੀਤ ਸਿੰਘ ਦਾ, ਆਓ ਅਸੀਂ ਜਾਣਦੇ ਹਾਂ। ਇੰਸਪੈਕਟਰ ਪਰਮਜੀਤ ਸਿੰਘ ਇੰਚਾਰਜ ਟ੍ਰੈਫਿਕ ਜ਼ੋਨ ਨੰਬਰ 3। ਹਾਂਜੀ, ਇਹ ਜਿਹੜਾ ਅੱਜ ਹਾਦਸਾ ਹੋਇਆ ਬੱਸ ਦਾ, ਮੈਂ ਬਿਲਕੁਲ ਨਜ਼ਦੀਕ ਹੀ ਘਿਓ ਮੰਡੀ, ਅਤੇ ਮੈਨੂੰ ਪਤਾ ਫੋਨ ਆਇਆ ਰਾਮ ਤਲਾਈ ਚੌਂਕ ਦੇ ਵਿੱਚੋਂ ਇਹ ਮੁਲਾਜ਼ਮ ਨੇ ਸਾਡੇ ਟ੍ਰੈਫਿਕ ਵਾਲੇ ਨੇ ਕੀਤਾ ਵੀ ਇੱਥੇ ਬੱਸ ਜਿਹੜੀ ਆ ਉਹ ਵੱਜ ਗਈ। ਲੇਕਿਨ ਆਣ ਕੇ ਮੈਂ ਜਲਦੀ ਜਲਦੀ ਵੇਖਿਆ ਵੀ ਇਹਦੇ ਵਿੱਚ ਜਿਹੜੀ ਸੀਗੀ ਬੱਸ ਬਹੁਤ ਜ਼ਿਆਦਾ ਤੇਜ਼ ਵੱਜੀ ਆ ਪਿੱਲਰ ਦੇ ਵਿੱਚ, ਅਤੇ ਸੱਟਾਂ ਲੱਗੀਆਂ ਸਵਾਰੀਆਂ ਨੂੰ ਕਾਫੀ ਵਿੱਚ ਵਿੱਚ, ਅਤੇ ਜਾਨੀ ਨੁਕਸਾਨ ਤੋਂ ਜਾਣੀ ਕਿ ਬਚਾਅ ਹੋ ਗਿਆ। ਜੋ ਮੁੱਢਲੀ ਜਾਣਕਾਰੀ ਮੈਨੂੰ ਮਿਲੀ ਆ ਕਿ ਬੱਸ ਇੱਧਰੋਂ ਜਿਹੜੀ ਆ ਉਹ ਬੇਕਾਬੂ ਹੋ ਗਈ, ਕੁਛ ਕਹਿ ਰਹੇ ਅਜੇ ਵੀ ਬ੍ਰੇਕਾਂ ਫੇਲ ਹੋ ਗਈਆਂ, ਪਰ ਸਾਰੀ ਆਪਣੀ ਡਿਟੇਲ ਦਾ ਪਤਾ ਲੱਗ ਜੂਗਾ ਥੋੜ੍ਹੇ ਟਾਈਮ ਦੇ ਵਿੱਚ ਜੋ ਵੀ ਹੋਇਆ। ਡਰਾਈਵਰ ਜਿਹੜਾ ਇੱਥੇ ਮਤਲਬ ਉਹਦੇ ਕੋਲ ਵਿੱਚੋਂ ਪਹਿਲਾਂ ਫਸ ਗਈ ਸੀ ਜਿੱਦਾਂ ਵਿੱਚ ਗੱਡੀ ਜ਼ਿਆਦਾ ਤੇਜ਼ ਵੱਜੀ ਹੈ। ਨਹੀਂ ਨਹੀਂ ਇਹੋ ਜਿਹੀ ਕੋਈ ਗੱਲ ਨਹੀਂ, ਜੇ ਹੋਊਗੀ ਤਾਂ ਪਤਾ ਲੱਗੂਗਾ, ਲੇਕਿਨ ਅਸੀਂ ਤਾਂ ਦੌੜ ਕੇ ਆਣ ਕੇ ਟ੍ਰੈਫਿਕ ਨੂੰ ਰੈਗੂਲੇਟ ਕੀਤਾ, ਔਰ ਜਿਹੜੀਆਂ ਐਂਬੂਲੈਂਸ ਸੀਗੀਆਂ ਉਹਨਾਂ ਨੂੰ ਅਸੀਂ ਜਲਦੀ ਤੋਂ ਜਲਦੀ ਜਿਹੜਾ ਸੀਗਾ ਉਹਨਾਂ ਨੂੰ ਲੰਘਾਇਆ ਵੀ ਜਿਹੜੀਆਂ ਸਵਾਰੀਆਂ ਜਿਨ੍ਹਾਂ ਨੂੰ ਸੱਟਾਂ ਸੁੱਟਾਂ ਵੱਜੀਆਂ ਸੀ ਉਹਨਾਂ ਨੂੰ ਲੈ ਕੇ ਜਲਦੀ ਤੋਂ ਜਲਦੀ ਉਹਨਾਂ ਨੂੰ ਜਿਹੜਾ ਕਿਸੇ ਹੋਸਪਿਟਲ 'ਚ ਪਹੁੰਚਾਇਆ ਜਾਵੇ। ਹੁਣ ਡਰਾਈਵਰ ਇੱਥੇ ਲਾ ਕੇ ਬੰਨਣਾ, ਲੇਕਿਨ ਸਾਨੂੰ ਜ਼ਿਆਦਾ ਅਸੀਂ ਟ੍ਰੈਫਿਕ 'ਤੇ ਲੱਗੇ ਹੋਏ ਹਾਂ ਕਿ ਜਿਹੜੀ ਸਾਡੀ ਟ੍ਰੈਫਿਕ ਨਾ ਜਾਮ ਹੋਵੇ। ਭਾਅ ਜੀ ਉੱਧਰੋਂ ਬੱਸ ਸਟੈਂਡ ਵੱਲੋਂ ਬੱਸ ਆਈ ਆ, ਪਿੱਛੋਂ ਦੱਸਦੇ ਵੀ ਜਨਾਲੇ ਤੋਂ ਆਉਂਦੀ ਆ, ਇੱਥੇ ਸਾਡੇ ਚੌਂਕ 'ਚ ਆਣ ਕੇ ਓਵਰ ਕੰਟਰੋਲ ਹੋ ਗਈ ਆ, ਬ੍ਰੇਕਾਂ ਫੇਲ ਹੋ ਗਈਆਂ ਵਾ ਇਹਦੀਆਂ, ਵਿੱਚ ਘੱਟ ਤੋਂ ਘੱਟ 25-30 ਸਵਾਰੀਆਂ ਜਿਨ੍ਹਾਂ ਦਾ ਨੁਕਸਾਨ ਹੋ ਗਿਆ ਬਹੁਤ ਜ਼ਿਆਦਾ, ਲੱਤਾਂ ਬਾਹਾਂ ਲੋਕਾਂ ਦੀਆਂ ਲਮਕ ਗਈਆਂ, ਬੱਚਿਆਂ ਦੇ ਬਹੁਤ ਜ਼ਿਆਦਾ ਸਿਰ ਪਾਟੇ ਹੋਏ ਆ। ਹੁਣ ਐਂਬੂਲੈਂਸ ਬੁਲਾ ਕੇ ਆਪਾਂ ਮੌਕੇ 'ਤੇ ਸਾਡੇ ਮੁਹੱਲੇ ਨੇ ਪੂਰੀ ਮਦਦ ਕੀਤੀ ਸਾਰਿਆਂ ਨੇ, ਅਤੇ ਐਂਬੂਲੈਂਸ 'ਚ ਭੇਜਿਆ ਮਰੀਜ਼, ਹੁਣ ਗਾਂਹ ਦੀ ਕਾਰਵਾਈ ਦੇਖੋ ਕੀ ਆ। ਹਾਂਜੀ ਭਾਅ ਜੀ, ਹੁਣ ਤੱਕ ਬੰਦੇ 25-30 ਦੇ ਵਿੱਚ, 25-30 ਦੇ ਵਿੱਚ। ਬੱਸ ਆਉਣ ਰਹੀ, ਬੱਸ ਬਹੁਤ ਤੇਜ਼ ਸੀ ਅਤੇ ਬੱਸ ਉਹ ਕੱਟੀ ਨਹੀਂ ਗਈ ਸਰ ਜੀ। ਅੱਛਾ ਜੀ। ਹਾਂਜੀ, ਅਤੇ ਮੋਟਰਸਾਈਕਲ ਆਇਆ ਆਪਣਾ ਇਸ ਜਗਦੇਵ ਸਿੰਘ ਦਾ, ਮੋਟਰਸਾਈਕਲ ਥੱਲੇ ਆ ਗਿਆ ਸਰ। ਅੱਛਾ ਜੀ, ਅਤੇ ਬੰਦਿਆਂ ਦਾ ਕੀ ਹਾਲ? ਬੰਦਿਆਂ ਸੱਟਾਂ ਸੁੱਟਾਂ ਬਹੁਤ ਜ਼ਿਆਦਾ ਲੱਗੀਆਂ। ਹਾਂਜੀ ਹਾਂਜੀ ਸਰ, ਗੁਰੂ ਨਾਨਕ ਹਸਪਤਾਲ 'ਚ ਕੋਈ, ਅਮਨਦੀਪ ਹਸਪਤਾਲ ਜੀ। ਬੱਸ ਬੱਚੀ ਕਿੱਦਾਂ ਆ ਗਈ? ਬੱਸ ਬਹੁਤ ਤੇਜ਼ ਹੋ ਗਈ ਸੀ ਜੀ, ਮਗਰੋਂ ਜਦੋਂ ਇਹਨੇ ਕੱਟ ਮਾਰਿਆ ਕੱਟੀ ਨਹੀਂ ਗਈ ਸਰ ਇੱਕ, ਅਤੇ ਸਿੱਧੀ ਆ ਕੇ ਵਿੱਚ ਵੱਜੀ ਆ, ਉੱਥੇ ਮੋਟਰਸਾਈਕਲ ਲੱਗਾ ਸੀ ਇਸ ਆਪਣੇ ਗੁਰਦੇਵ ਸਿੰਘ ਦਾ ਜੀ, ਲਾ ਕੇ ਅਸੀਂ ਖੜ੍ਹੇ ਹਾਂ ਜੀ, ਬਹੁਤ ਜਲਦੀ ਭੱਜ ਕੇ ਪਰਾਂ ਨੂੰ ਹੋਏ ਸਰ। ਹਾਂਜੀ, ਇਸ ਸੀ ਗੁਰਦੇਵ ਸਿੰਘ। ਕੀ ਹੋਇਆ ਜੀ ਸਰ? ਇਹ ਸਰ ਇੱਥੇ ਆਪਣੀ ਡਿਊਟੀ ਦੇ ਖਲੋਤੇ ਟ੍ਰੈਫਿਕ ਲੰਘਾਉਣ ਡਿਆ ਸੀ, ਇੱਧਰੋਂ ਬੱਸ ਆਈ ਆ, ਅਤੇ ਜਦੋਂ ਬੱਸ ਆਈ ਇੱਕਦਮ ਬੜੀ ਡਾਵਾਡੋਲ ਕਰਦੀ ਆਈ, ਅਸੀਂ ਸਾਈਡ 'ਤੇ ਹੋਏ ਅਤੇ ਬੱਸ ਇਹਦੇ ਵਿੱਚ ਵੱਜ ਗਈ ਆ। ਨੁਕਸਾਨ ਤਾਂ ਆਪਣੇ ਫੱਟਰ ਹੋਏ ਨੇ ਡਰਾਈਵਰਾਂ ਦੇ ਸੀਰੀਅਸ ਆ, ਅਤੇ ਅਸੀਂ ਤਾਂ ਬੁਰਕੇ ਉਸੇ ਟ੍ਰੈਫਿਕ ਕਢਾਉਣ ਡੇ ਪਏ ਹਾਂ, ਅਤੇ ਹੁਣ ਐਂਬੂਲੈਂਸ ਨੂੰ 100 ਨੰਬਰ 'ਤੇ ਫੋਨ ਕੀਤਾ, ਡਿਊਟੀ ਸਾਹਿਬ ਸਾਡੇ ਆ ਗਏ ਨੇ, ਇੰਸਪੈਕਟਰ ਸਾਹਿਬ ਸਾਡੇ ਮੌਕੇ 'ਤੇ ਆ ਗਏ ਨੇ।